ਹੈਲੋ ਦੋਸਤੋ, ਵੈਲਕਮ ਹੈ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਭ ਦਾ ਆਪਣੇ ਇਸ ਚੈਨਲ ਸਟੱਡੀ ਪੀਰੀਅਡ ਦੇ ਵਿੱਚ। ਦੋਸਤੋ, ਅੱਜ ਆਪਾਂ ਪੀ ਐਸ ਸਟੈਟਸ ਵਿੱਚ ਜਿਹੜਾ ਈ ਵੀ ਐਸ ਦਾ ਪੇਪਰ ਸੀਗਾ ਜੀ 25 ਫਰਵਰੀ 2018 ਨੂੰ ਜਿਹੜਾ ਪੇਪਰ ਹੋਇਆ ਸੀ, ਉਹ ਈ ਵੀ ਐਸ ਦਾ ਜਿਹੜਾ ਸਾਰਾ ਪੇਪਰ ਆ ਉਹ ਆਪਾਂ ਸੋਲਵ ਕਰਾਂਗੇ ਜੀ ਇਸ ਵੀਡੀਓ ਦੇ ਵਿੱਚ। ਪੇਪਰ ਸੋਲਵ ਕਰਨ ਨਾਲ ਦੋਸਤੋ ਕੀ ਹੋਊਗਾ, ਇੱਕ ਤਾਂ ਆਪਣੇ ਜਿਹੜੇ ਕੁਐਸਚਨ ਨੇ ਉਹ ਕਵਰ ਹੋ ਜਾਣਗੇ, ਅਤੇ ਨਾਲ ਜਿਹੜੀ ਇਹਨਾਂ ਕੁਐਸਚਨਾਂ ਦੀ ਐਕਸਟਰਾ ਇਨਫੋਰਮੇਸ਼ਨ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰੂੰਗਾ, ਤਾਂ ਕਿ ਇਹਨਾਂ ਦੇ ਨਾਲ ਦਾ ਜੇਕਰ ਏ ਸਟੈਟ ਦੇ ਵਿੱਚ ਸਾਨੂੰ ਕੋਈ ਕੁਐਸਚਨ ਆਉਂਦਾ ਤਾਂ ਅਸੀਂ ਉਸ ਨੂੰ ਡੀਲ ਕਰ ਸਕੀਏ ਜੀ। ਠੀਕ ਹੈ ਜੀ, ਤਾਂ ਬਿਨਾਂ ਟਾਈਮ ਗਵਾਉਂਦੇ ਹੋਏ ਸਟਾਰਟ ਕਰਦੇ ਹਾਂ ਜੀ ਅੱਜ ਦੇ ਆਪਣੇ ਲੈਕਚਰ ਤੋਂ। ਹਾਂਜੀ ਦੋਸਤੋ, ਅੱਜ ਦਾ ਆਪਣਾ ਫਸਟ ਕੁਐਸਚਨ ਹੈ ਜੀ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਕੈਜੂਅਲ ਆਰਗੈਨਿਜ਼ਮਸ ਆਫ ਕੈਲੋਰਾ ਐਂਡ ਟਾਈਫਾਇਡ। ਤਾਂ ਦੋਸਤੋ, ਕੈਲੋਰਾ ਜਿਹਨੂੰ ਕਿ ਅਸੀਂ ਹੈਜਾ ਬੋਲਦੇ ਹਾਂ ਜੀ ਪੰਜਾਬੀ ਲੈਂਗੁਏਜ 'ਤੇ, ਅਤੇ ਟਾਈਫਾਇਡ ਇੱਕ ਬਿਮਾਰੀ ਹੈ ਜੀ, ਜਿਹੜੀ ਕਿ ਕਿਹੜੇ ਕਾਰਨ ਹੈ ਜੀ ਇਹਦਾ, ਕਿਹਦੇ ਕਰਕੇ ਹੁੰਦੀ ਹੈ? ਤਾਂ ਦੋਸਤੋ, ਇਹ ਜਿਹੜੀ ਬਿਮਾਰੀ ਹੈ ਇਹ ਬੈਕਟੀਰੀਆ ਦੇ ਕਾਰਨ ਹੁੰਦੀ ਹੈ ਜੀ। ਠੀਕ ਹੈ ਜੀ, ਮੀਨਸ ਆਪਸ਼ਨ ਨੰਬਰ 4 ਸਾਡਾ ਬਿਲਕੁਲ ਕਰੈਕਟ ਆਂਸਰ ਹੋਵੇਗਾ ਜੀ। ਉਸ ਤੋਂ ਬਾਅਦ ਦੋਸਤੋ, ਵਾਇਰਸ ਲਿਖਿਆ ਹੋਇਆ ਦੋਸਤੋ ਆਪਸ਼ਨ ਨੰਬਰ 1 ਦੇ ਵਿੱਚ ਜੀ। ਵਾਇਰਸ ਨਾਲ ਦੋਸਤੋ ਜਿਹੜੀ ਬਿਮਾਰੀ ਹੁੰਦੀ ਹੈ, ਏਡਸ ਬਿਮਾਰੀ ਹੁੰਦੀ ਹੈ ਜੀ, ਜਿਹੜੀ ਕਿ ਜਿਸਦਾ ਪੂਰਨ ਰੂਪ ਹੈ ਜੀ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ ਜੀ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਹਾਊਸ ਫਲਾਈ ਤਾਂ ਤੁਸੀਂ ਦੋਸਤੋ ਜਾਣਦੇ ਹੀ ਹੋ ਜੀ, ਅਤੇ ਫੰਗਸ ਨਾਲ ਵੀ ਕਈ ਬਿਮਾਰੀਆਂ ਹੁੰਦੀਆਂ, ਜਿਵੇਂ ਜਿਹੜੀਆਂ ਖਾਦ ਵਗੈਰਾ ਦੀਆਂ ਬਿਮਾਰੀ ਹੁੰਦੀ ਹੈ, ਐਲਰਜੀ ਵਗੈਰਾ ਹੋ ਜਾਂਦੀ ਦੋਸਤੋ ਪੈਰਾਂ ਦੇ ਵਿੱਚ, ਉਹ ਜਿਹੜੀ ਫੰਗਸ ਦੇ ਨਾਲ ਹੁੰਦੀ ਹੈ ਜੀ। ਠੀਕ ਹੈ ਜੀ, ਨੈਕਸਟ ਹੈ ਜੀ ਲਿਕੁਫਾਈਡ ਪੈਟਰੋਲੀਅਮ ਗੈਸ ਇਜ਼ ਮਿਕਸਚਰ ਆਫ। ਤਾਂ ਦੋਸਤੋ, ਲਿਕੁਇਡਫਾਈਡ ਪੈਟਰੋਲੀਅਮ ਗੈਸ ਐਲ ਪੀ ਜੀ ਜਿਹੜੀ ਹੁੰਦੀ ਹੈ ਜੀ ਸਾਡੇ ਘਰਾਂ ਦੇ ਵਿੱਚ, ਜਿਹੜੀ ਖਾਣਾ ਪਕਾਉਣ ਲਈ ਵਰਤੀ ਜਾਂਦੀ ਹੈ, ਉਹ ਕਿਹੜੀਆਂ ਦੋ ਗੈਸਾਂ ਦਾ ਮਿਸ਼ਰਣ ਆ ਜੀ? ਤਾਂ ਉਹ ਪ੍ਰੋਪੇਨ ਪਲੱਸ ਬਿਊਟੇਨ ਦਾ ਮਿਸ਼ਰਣ ਆ ਜੀ। ਠੀਕ ਹੈ, ਮੀਨਸ ਆਪਸ਼ਨ ਨੰਬਰ ਜਿਹੜਾ ਸਾਡਾ 1 ਹੈ ਬਿਲਕੁਲ ਕਰੈਕਟ ਹੋਵੇਗਾ ਜੀ। ਅਤੇ ਇਸ ਤੋਂ ਇਲਾਵਾ ਦੋਸਤੋ, ਜਿਹੜੀ ਗੈਸ ਹੁੰਦੀ ਹੈ ਜੀ ਪ੍ਰੋਪੋਨ ਅਤੇ ਬਿਊਟੇਨ, ਇਹਨਾਂ ਦੀ ਬਿਲਕੁਲ ਸਮੈਲ ਨਹੀਂ ਹੁੰਦੀ ਜੀ, ਇਸ ਲਈ ਸਾਡੀ ਜਿਹੜੀ ਐਲ ਪੀ ਜੀ ਹੁੰਦੀ ਹੈ ਉਸਦੇ ਵਿੱਚ ਇੱਕ ਗੈਸ ਹੋਰ ਐਡ ਕੀਤੀ ਜਾਂਦੀ ਹੈ, ਜਿਹਨੂੰ ਅਸੀਂ ਮਰਕੈਪਟਨ ਬੋਲਦੇ ਹਾਂ ਜੀ। ਮਰਕੈਪਟਨ ਦੋਸਤੋ ਤਾਂ ਫਿਲ ਕੀਤੀ ਜਾਂਦੀ ਹੈ ਸਿਲੰਡਰ ਦੇ ਵਿੱਚ, ਤਾਂ ਜੋ ਸਿਲੰਡਰ ਜਿਹੜਾ ਲੀਕ ਹੋਵੇ ਤਾਂ ਉਸਦੀ ਜਿਹੜੀ ਸਮੈਲ ਹੈ ਉਹ ਬਾਹਰ ਆ ਸਕੇ ਜੀ, ਕਿਉਂਕਿ ਪ੍ਰੋਪੇਨ ਅਤੇ ਬਿਊਟੇਨ ਜਿਹੜੀਆਂ ਗੈਸਾਂ ਨੇ ਦੋਸਤੋ, ਇਹਨਾਂ ਦੀ ਸਮੈਲ ਨਹੀਂ ਹੈਗੀ, ਤਾਂ ਜੇ ਸਿਲੰਡਰ ਲੀਕ ਹੋਵੇਗਾ ਸਾਨੂੰ ਬਿਲਕੁਲ ਪਤਾ ਨਹੀਂ ਲੱਗੇਗਾ ਕਿ ਸਿਲੰਡਰ ਲੀਕ ਹੋ ਰਿਹਾ। ਅਤੇ ਇਸ ਦੇ ਲਈ ਜਿਹੜੀ ਇਸ ਦੇ ਵਿੱਚ ਗੈਸ ਫਿਲ ਕੀਤੀ ਜਾਂਦੀ ਹੈ ਉਹ ਮਰਕੈਪਟਨ ਹੁੰਦੀ ਹੈ ਜੀ। ਇਸ ਦੇ ਇਸ ਬਾਰੇ ਦੋਸਤੋ ਸਾਤੋਂ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਜੀ, ਪੂਰੀ ਪੂਰੀ ਸੰਭਾਵਨਾ ਇਸ ਕੁਐਸਚਨ ਦੀ ਕਿ ਸਮੈਲ ਲਈ ਜਿਹੜੀ ਗੈਸ ਐਡ ਕੀਤੀ ਜਾਂਦੀ ਹੈ ਸਿਲੰਡਰ ਦੇ ਵਿੱਚ ਉਹ ਕਿਹੜੀ ਹੁੰਦੀ ਹੈ ਜੀ? ਤਾਂ ਉਹ ਮਰਕੈਪਟਨ ਹੁੰਦੀ ਹੈ ਜੀ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ ਆਪਣਾ, ਯੂ ਆਰ ਟੀਚਿੰਗ ਯੂਅਰ ਸਟੂਡੈਂਟਸ ਅਬਾਊਟ ਰੀਨਿਊਏਬਲ ਐਂਡ ਨੋਨ ਰੀਨਿਊਏਬਲ ਸੋਰਸ ਆਫ ਐਨਰਜੀ, ਹਾਊ ਵਿਲ ਯੂ ਆਈਡੈਂਟੀਫਾਈ ਦਾ ਨੋਨ ਰੀਨਿਊਏਬਲ ਸੋਰਸ ਆਫ ਐਨਰਜੀ ਫਰੋਮ ਦਾ ਫੋਲੋਇੰਗ। ਤਾਂ ਦੋਸਤੋ, ਕੁਐਸਚਨ ਸਾਤੋਂ ਪੁੱਛ ਰਿਹਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜੀ, ਜਿਹੜੀ ਤੁਹਾਡੀ ਕਲਾਸ ਦੇ ਵਿੱਚ ਬੱਚੇ ਨੇ, ਉਹਨੂੰ ਰੀਨਿਊਏਬਲ ਸੋਰਸ ਅਤੇ ਨੋਨ ਰੀਨਿਊਏਬਲ ਸੋਰਸ ਬਾਰੇ ਪੜ੍ਹਾ ਰਹੇ ਨੇ। ਰੀਨਿਊਏਬਲ ਸੋਰਸ ਦੋਸਤੋ ਉਹ ਸੋਰਸ ਹੁੰਦੇ ਨੇ ਜਿਹਨਾਂ ਨੂੰ ਅਸੀਂ ਦੁਬਾਰਾ ਵਾਪਸ ਪਾ ਸਕਦੇ ਹਾਂ, ਜਿਹਨਾਂ ਦੀ ਅਸੀਂ ਮੁੜ ਵਰਤੋਂ ਕਰ ਸਕਦੇ ਹਾਂ ਜੀ, ਅਤੇ ਨੋਨ ਰੀਨਿਊਏਬਲ ਸੋਰਸ ਉਹ ਹੁੰਦੇ ਨੇ ਜਿਹਨਾਂ ਨੂੰ ਅਸੀਂ ਇੱਕ ਵਾਰੀ ਵਰਤ ਲਿਆ ਤਾਂ ਉਹਨਾਂ ਦੀ ਵਰਤੋਂ ਅਸੀਂ ਦੁਬਾਰੇ ਨਹੀਂ ਕਰ ਸਕਦੇ। ਠੀਕ ਹੈ ਜੀ, ਤਾਂ ਰੀਨਿਊਏਬਲ ਸੋਰਸ ਦੋਸਤੋ ਉਹ ਜਿਵੇਂ ਕਿ ਅਸੀਂ ਲੱਕੜੀ ਹੋ ਗਈ ਜੀ, ਲੱਕੜੀ ਦੀ ਅਸੀਂ ਇੱਕ ਵਾਰੀ ਵਰਤੋਂ ਕਰ ਲਈ ਅਤੇ ਉਸ ਤੋਂ ਬਾਅਦ ਲੱਕੜੀ ਦੁਬਾਰਾ ਫਿਰ ਪੈਦਾ ਹੋ ਜਾਂਦੀ ਹੈ ਜੀ, ਪਰੰਤੂ ਦੋਸਤੋ ਨੋਨ ਰੀਨਿਊਏਬਲ ਉਹ ਸੋਰਸ ਹੁੰਦੇ ਨੇ ਜਿਹੜੇ ਕਿ ਅਸੀਂ ਇੱਕ ਵਾਰੀ ਵਰਤ ਲਏ ਤਾਂ ਉਹ ਖਤਮ ਹੀ ਹੋ ਜਾਂਦੇ ਨੇ, ਮੁੜ ਕੇ ਵਾਪਸ ਨਹੀਂ ਆ ਸਕਦੇ, ਜਿਵੇਂ ਕਿ ਕੋਲਾ ਹੋ ਗਿਆ ਜੀ। ਠੀਕ ਹੈ ਜੀ, ਪੈਟਰੋਲੀਅਮ ਹੋ ਗਿਆ, ਇਹ ਦੋਸਤੋ ਜਿਹੜੇ ਵੀ ਸੋਰਸ ਨੇ ਸਾਰੇ ਨੋਨ ਰੀਨਿਊਏਬਲ ਸੋਰਸ ਨੇ। ਅਤੇ ਇਸ ਕੁਐਸਚਨ ਦੇ ਵਿੱਚ ਸਾਤੋਂ ਪੁੱਛਿਆ ਗਿਆ ਕਿ ਆਈਡੈਂਟੀਫਾਈ ਦਾ ਨੋਨ ਰੀਨਿਊਏਬਲ ਸੋਰਸ ਆਫ ਐਨਰਜੀ ਜੀ। ਤਾਂ ਮੀਨਸ ਆਪਸ਼ਨ ਨੰਬਰ 1 ਹੋਵੇਗਾ ਜੀ, ਜਿਹੜਾ ਕੋਲ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਬਿਲਕੁਲ ਸਾਡਾ ਕਰੈਕਟ ਆਂਸਰ ਹੋਵੇਗਾ ਜੀ, ਕਿਉਂਕਿ ਕੋਲੇ ਨੇ ਦੋਸਤੋ ਜੇਕਰ ਅਸੀਂ ਇੱਕ ਵਾਰੀ ਵਰਤ ਲਿਆ ਤਾਂ ਦੁਬਾਰੇ ਅਸੀਂ ਉਸਨੂੰ ਨਹੀਂ ਵਰਤ ਸਕਦੇ ਜੀ। ਠੀਕ ਹੈ ਜੀ, ਨੈਕਸਟ ਹੈ ਜੀ, ਫਸਟ ਇੰਟਰਨੈਸ਼ਨਲ ਅਰਥ ਸਮਿਤ ਵਾਜ਼ ਹੈਲਡ ਐਟ। ਤਾਂ ਦੋਸਤੋ, ਜਿਹੜਾ ਪਹਿਲਾ ਧਰਤੀ ਸਮਿਤ ਹੋਇਆ ਸੀਗਾ ਜੀ, ਇੰਟਰਨੈਸ਼ਨਲ ਅਰਥ ਸਮਿਤ ਕਿੱਥੇ ਹੋਇਆ ਸੀ ਜੀ? ਤਾਂ ਉਹ ਰੀਓ ਡਿਜਨੇਰੀਓ ਦੇ ਵਿੱਚ ਹੋਇਆ ਸੀਗਾ ਜੀ। ਠੀਕ ਹੈ ਜੀ, ਮੀਨਸ ਆਪਸ਼ਨ ਨੰਬਰ 4 ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ। ਰੀਓ ਡਿਜਨੇਰੀਓ ਜਿਹੜਾ ਦੋਸਤੋ ਇੱਕ ਬ੍ਰਾਜ਼ੀਲ ਦਾ ਇੱਕ ਸ਼ਹਿਰ ਹੈ ਜੀ ਇਹ। ਠੀਕ ਹੈ, ਬ੍ਰਾਜ਼ੀਲ ਦੇ ਵਿੱਚ ਇਹ ਸ਼ਹਿਰ ਪਾਇਆ ਜਾਂਦਾ ਜੀ। ਨੈਕਸਟ ਹੈ ਜੀ, ਯੂ ਆਰ ਐਡਵਾਈਜ਼ ਟੂ ਆਰਗਨਾਈਜ਼ ਆਫ ਏ ਰਿਲੀਜੀਅਸ ਪਲੇਸ ਅਬਾਊਟ ਦਾ ਸਾਊਂਡ ਪੋਲਿਊਸ਼ਨ, ਵਿਚ ਵਨ ਆਫ ਦਾ ਫੋਲੋਇੰਗ ਮੈਕਸੀਮਮ ਐਵਰੇਜ ਪਰਮਿਸਿਬਲ ਨੋਇਸ ਲੈਵਲਸ ਡਿਊਰਿੰਗ ਡੇ ਟਾਈਮ ਹਾਵਰਸ ਐਜ਼ ਪਰ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਇਨ ਇੰਡੀਆ, ਵਿਲ ਯੂ ਸੁਜੈਸਟ ਦੈਮ। ਅਸੀਂ ਇੱਕ ਧਾਰਮਿਕ ਸਥਾਨ 'ਤੇ ਦੋਸਤੋ ਇੱਕ ਪ੍ਰੋਗਰਾਮ ਲਾਉਣਾ ਹੈ ਜੀ, ਜਿਹੜਾ ਉੱਥੇ ਅਸੀਂ ਦੋਸਤੋ ਪ੍ਰੋਗਰਾਮ ਲੈਣਾ, ਉਸਦੀ ਜਿਹੜੀ ਆਵਾਜ਼ ਹੈ ਉਹ ਕਿੰਨੇ ਡੈਸੀਬਲ ਹੋਣੀ ਚਾਹੀਦੀ ਹੈ ਅਕੋਰਡਿੰਗ ਟੂ ਜਿਹੜੀ ਪਰਮਿਸ਼ਨ ਹੈ ਜੀ ਇੰਡੀਆ ਗੌਰਮੈਂਟ ਦੁਆਰਾ। ਠੀਕ ਹੈ ਜੀ, ਤਾਂ ਉਸਦੀ ਜਿਹੜੀ ਪਰਮਿਸ਼ਨ ਹੈ ਦੋਸਤੋ 50 ਡੈਸੀਬਲ ਹੋਣੀ ਚਾਹੀਦੀ ਹੈ, ਮੀਨਸ ਆਪਸ਼ਨ ਨੰਬਰ 2 ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਉਸ ਐਕਟ ਅਧੀਨ ਦੋਸਤੋ ਕੀ ਹੈ ਕਿ ਜੇਕਰ ਅਸੀਂ ਕਿਸੇ ਵੀ ਧਾਰਮਿਕ ਸਥਾਨ ਦੇ ਕੋਈ ਪ੍ਰੋਗਰਾਮ ਲਾਉਣਾ ਤਾਂ ਉੱਥੇ ਸਾਡੀ ਜਿਹੜੀ ਆਵਾਜ਼ ਹੈ ਉਹ 50 ਡੈਸੀਬਲ 45 ਡੈਸੀਬਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਅਤੇ ਡੈਸੀਬਲ ਹੁੰਦਾ ਦੋਸਤੋ ਇਹ ਵੀ ਅਸੀਂ ਯਾਦ ਰੱਖਣਾ ਕਿ ਜਿਹੜਾ ਡੈਸੀਬਲ ਦੀ ਫੋਰਮ ਹੈ ਜੀ, ਡੀ ਛੋਟੀ ਪਾਈ ਜਾਂਦੀ ਹੈ ਅਤੇ ਬੀ ਉਸ ਦੇ ਵਿੱਚ ਵੱਡੀ ਪਾਈ ਜਾਂਦੀ ਹੈ ਜੀ। ਠੀਕ ਹੈ ਜੀ, ਨੈਕਸਟ ਹੈ ਜੀ, ਵਰਲਡ ਓਜ਼ੋਨ ਡੇ ਇਜ਼ ਬੀਂਗ ਸੈਲੀਬ੍ਰੇਟਡ ਐਵਰੀ ਈਅਰ ਔਨ। ਤਾਂ ਦੋਸਤੋ, ਹਰ ਸਾਲ ਜਿਹੜਾ ਵਰਲਡ ਓਜ਼ੋਨ ਡੇ ਹੈ ਜੀ ਉਹ 16 ਸਤੰਬਰ ਨੂੰ ਮਨਾਇਆ ਜਾਂਦਾ।
5 ਜੂਨ ਨੂੰ এনवायरमेंट ਡੇ ਮਨਾਇਆ ਜਾਂਦਾ ਜੀ, ਜਿਹੜਾ ਕਿ ਆਪਣਾ ਆਪਸ਼ਨ ਨੰਬਰ 4 ਦੇ ਵਿੱਚ ਲਿਖਿਆ ਹੋਇਆ ਜੀ। ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਡੇ ਨੇ ਜਿਹੜੇ ਆਪਣੇ ਲਈ ਬਹੁਤ ਜ਼ਰੂਰੀ ਨੇ, ਇਸ ਵਾਰ ਦੇ ਜਿਹੜੇ ਡਾਟਾ ਉਸ ਦੇ ਵਿੱਚ ਪੁੱਛੇ ਜਾ ਸਕਦੇ ਨੇ। ਜਿਵੇਂ ਦੋਸਤੋ ਫੂਡ ਡੇ ਹੁੰਦਾ ਜੀ ਇੱਕ, ਹਰ ਸਾਲ ਦੋਸਤੋ 16 ਅਕਤੂਬਰ ਨੂੰ ਮਨਾਇਆ ਜਾਂਦਾ ਜੀ। ਤੇ ਇਸ ਤੋਂ ਇਲਾਵਾ ਦੋਸਤੋ ਮੈਥਮੈਟਿਕਸ ਡੇ ਮਨਾਇਆ ਜਾਂਦਾ ਜਿਹੜਾ ਕਿ 22 ਦਸੰਬਰ ਨੂੰ ਮਨਾਇਆ ਜਾਂਦਾ। ਉਸ ਤੋਂ ਇੱਕ ਦਿਨ ਬਾਅਦ ਦੋਸਤੋ ਫਾਰਮਰ ਡੇ ਹੁੰਦਾ 23 ਦਸੰਬਰ ਨੂੰ ਹੁੰਦਾ ਜੀ। ਤੇ 30 ਜਨਵਰੀ ਹੁੰਦਾ ਦੋਸਤੋ ਆਪਣਾ ਸ਼ਹੀਦੀ ਦਿਵਸ, ਜਿਹੜਾ ਕਿ ਮਹਾਤਮਾ ਗਾਂਧੀ ਦੀ ਸ਼ਹੀਦੀ ਤੇ ਮਨਾਇਆ ਜਾਂਦਾ ਜੀ, ਮੈਟੈਸ ਡੇ ਬੋਲਦੇ ਆ ਉਸਨੂੰ ਅਸੀਂ। ਤੇ ਇਸ ਤੋਂ ਇਲਾਵਾ ਯੋਗਾ ਡੇ ਮਨਾਇਆ ਜਾਂਦਾ ਦੋਸਤੋ ਆਪਣਾ 21 ਜੂਨ ਨੂੰ। ਯੋਗਾ ਡੇ ਵਾਲੇ ਦਿਨ ਹੀ ਆਪਣਾ ਜਿਹੜਾ ਮਿਊਜ਼ਿਕ ਡੇ ਹੁੰਦਾ ਜੀ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਵਾਟਰ ਡੇ ਮਨਾਇਆ ਜਾਂਦਾ ਦੋਸਤੋ ਹਰ ਸਾਲ 22 ਮਾਰਚ ਨੂੰ ਜੀ। ਤੇ ਅਰਥ ਡੇ ਮਨਾਇਆ ਜਾਂਦਾ 22 ਅਪ੍ਰੈਲ ਨੂੰ ਜੀ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ ਆਪਣਾ, ਦਾ ਸਟੂਡੈਂਟਸ ਆਸਕ ਟੂ ਦੈਟ ਵਟ ਇਜ਼ ਦਾ ਫੁੱਲ ਫੋਰਮ ਆਫ EPA, ਵਿਚ ਵਨ ਆਫ ਦਾ ਫੋਲੋਇੰਗ ਵਿਲ ਯੂ ਸਿਲੈਕਟ ਟੂ ਜਸਟੀਫਾਈ ਦਿਸ ਅਬਜ਼ਰਵੇਸ਼ਨ। ਤਾਂ ਦੋਸਤੋ ਬੱਚੇ ਤੁਹਾਤੋਂ ਪੁੱਛ ਰਹੇ ਨੇ ਕਿ EPA ਦੀ ਜਿਹੜੀ ਫੁੱਲ ਫੋਰਮ ਆ ਜੀ, ਇਸਦਾ ਪੂਰਾ ਰੂਪ ਕੀ ਹੈ ਜੀ। ਤਾਂ ਇਸਦਾ ਦੋਸਤੋ ਜਿਹੜਾ ਪੂਰਾ ਰੂਪ ਹੁੰਦਾ ਇਨਵਾਇਰਮੈਂਟਲ ਪ੍ਰੋਟੈਕਸ਼ਨ ਐਕਟ ਹੁੰਦਾ ਜੀ, ਮੀਨਸ ਆਪਸ਼ਨ ਨੰਬਰ 1 ਸਾਡਾ ਬਿਲਕੁਲ ਕਰੈਕਟ ਆਂਸਰ ਹੋਵੇਗਾ ਜੀ, ਠੀਕ ਹੈ ਜੀ। ਨੈਕਸਟ ਹੈ ਜੀ, ਇਨ ਵਿਚ ਈਅਰ ਦਾ ਹੋਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਮੇਡ ਇਨਵਾਇਰਮੈਂਟਲ ਐਜੂਕੇਸ਼ਨ ਐਜ ਕੰਪਲਸਰੀ ਸਬਜੈਕਟ ਆਲ ਦਾ ਲੈਵਲਸ ਆਫ ਐਜੂਕੇਸ਼ਨ ਜੀ, ਠੀਕ ਹੈ ਜੀ। ਤਾਂ ਭਾਰਤ ਸਰਕਾਰ ਨੇ ਦੋਸਤੋ ਕਿਹੜੇ ਸਾਲ ਦੇ ਵਿੱਚ ਕੰਪਲਸਰੀ ਕਿਹਾ ਸੀਗਾ ਜੀ ਕਿ ਇਨਵਾਇਰਮੈਂਟ ਨੂੰ ਜਿਹੜਾ ਕੰਪਲਸਰੀ ਬਣਾਉਣਾ ਹਰੇਕ ਸਬਜੈਕਟ ਦੇ ਨਾਲ ਜੀ। ਤਾਂ ਦੋਸਤੋ ਉਹ ਹੋਨਰੇਬਲ ਸੁਪਰੀਮ ਕੋਰਟ ਦੇ ਦੁਆਰਾ ਦੋਸਤੋ 2003 ਦੇ ਵਿੱਚ ਕਿਹਾ ਗਿਆ ਸੀਗਾ, ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 3 ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਚੱਲਦੇ ਆਪਣੇ ਨੈਕਸਟ ਕੁਐਸਚਨ ਵੱਲ ਜੀ। ਹਾਂਜੀ ਦੋਸਤੋ, ਆਪਣਾ ਨੈਕਸਟ ਕੁਐਸਚਨ ਹੈ ਜੀ, ਐਨ ਇਨਵੇਟਿਕ ਪਲਾਂਟ ਇੰਟਰੋਡਿਊਸਡ ਫਰੋਮ ਅਮੈਰੀਕਾ ਟੂ ਚੈੱਕ ਪੋਲਿਊਸ਼ਨ, ਬਟ ਇਟ ਟਰਨਡ ਓਵਰ ਟੂ ਬੀ ਏ ਟ੍ਰਬਲਸਮ ਵੀਡ ਇਨ ਇੰਡੀਅਨ ਵਾਟਰ ਬੋਡੀਜ਼, ਦਾ ਨੇਮ ਆਫ ਦਿਸ ਇਨਵੈਂਸਿਵ ਐਲੀਅਨ ਸਪੀਸੀਜ਼ ਇਸ। ਤਾਂ ਦੋਸਤੋ ਸਾਡੇ ਜਿਹੜਾ ਇੰਡੀਆ ਦੇ ਵਿੱਚ ਪੋਲਿਊਸ਼ਨ ਚੈੱਕ ਕਰਨ ਲਈ ਇੱਕ ਅਮੈਰੀਕਾ ਤੋਂ ਪੌਦਾ ਲਿਆਂਦਾ ਗਿਆ ਜੀ, ਜਿਹੜਾ ਕਿ ਸਾਡੇ ਇੱਥੇ ਜਿਹੜਾ ਵਾਟਰ ਹਾਊਸ ਦੇ ਵਿੱਚ ਸੂਟ ਨਹੀਂ ਕੀਤਾ। ਤਾਂ ਉਹ ਜਿਹੜਾ ਪੌਦਾ ਉਸਦਾ ਕੀ ਨਾਮ ਆ ਜੀ? ਤਾਂ ਉਸਦਾ ਨਾਮ ਆ ਦੋਸਤੋ ਐਸ਼ੋਰਨੀਆ, ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 3 ਸਾਡਾ ਬਿਲਕੁਲ ਕਰੈਕਟ ਆਂਸਰ ਹੋਵੇਗਾ ਜੀ, ਠੀਕ ਹੈ ਜੀ। ਨੈਕਸਟ ਹੈ ਜੀ, ਇਫ ਵੇਸਟ ਮਟੀਰੀਅਲ ਕੰਟੇਨਸ ਦਾ ਸੋਰਸ ਆਫ ਡਰਿੰਕਿੰਗ ਵਾਟਰ ਵਿੱਚ ਆਫ ਦਾ ਫੋਲੋਇੰਗ ਡਿਜ਼ੀਜ਼ ਵਿਲ ਸਪਰੈਡ। ਤਾਂ ਦੋਸਤੋ ਇੱਕ ਪਾਣੀ ਦੇ ਵਿੱਚ ਜਿਹੜਾ ਕਿ ਸਾਡਾ ਪੀਣੇ ਵਾਲਾ ਪਾਣੀ ਹੁੰਦਾ, ਜੇਕਰ ਉਹਦੇ ਵਿੱਚ ਕੋਈ ਵੇਸਟ ਮਟੀਰੀਅਲ ਮਿਲ ਜਾਂਦਾ ਤਾਂ ਉਸਦੇ ਨਾਲ ਸਾਨੂੰ ਕਿਹੜੀ ਬਿਮਾਰੀ ਹੋ ਜਾਂਦੀ ਹੈ ਜੀ? ਤੇ ਦੋਸਤੋ ਇਹਨਾਂ ਆਪਸ਼ਨਾਂ ਦੇ ਵਿੱਚ ਅਸੀਂ ਇਲੈਮੀਨੇਟ ਕਰਕੇ ਵੀ ਬਿਮਾਰੀ ਦਾ ਪਤਾ ਲਗਾ ਸਕਦੇ ਹਾਂ। ਜਿਵੇਂ ਕਿ ਅਸੀਂ ਜਾਣਦੇ ਸ਼ੱਕਰ ਵੀ ਜਿਹੜੀ ਬਿਮਾਰੀ ਉਹ ਵਿਟਾਮਿਨ ਸੀ ਦੀ ਕਮੀ ਨਾਲ ਹੁੰਦੀ ਹੈ ਜੀ। ਮਲੇਰੀਆ ਦੋਸਤੋ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਤੇ ਆਪਸ਼ਨ ਨੰਬਰ 4 ਦੇ ਵਿੱਚ ਅਨੀਮੀਆ ਲਿਖਿਆ ਹੋਇਆ, ਆਇਰਨ ਦੀ ਕਮੀ ਨਾਲ ਜਿਹੜਾ ਸਾਨੂੰ ਰੋਗ ਅਨੀਮੀਆ ਹੁੰਦਾ ਹੈ। ਤੇ ਪਿੱਛੇ ਬਚਿਆ ਜੀ ਆਪਸ਼ਨ ਨੰਬਰ 2 ਟਾਈਫਾਇਡ, ਜਿਹੜਾ ਸਾਡਾ ਬਿਲਕੁਲ ਕਰੈਕਟ ਆਂਸਰ ਹੋਵੇਗਾ ਜੀ। ਟਾਈਫਾਇਡ ਜਿਹੜਾ ਬਿਮਾਰੀ ਹੈ ਜੀ, ਇਹ ਸਾਨੂੰ ਬਿਲਕੁਲ ਗੰਦੇ ਪਾਣੀ ਦੇ ਪੀਣ ਨਾਲ ਹੁੰਦੀ ਹੈ ਜੀ, ਠੀਕ ਹੈ ਜੀ। ਨੈਕਸਟ ਕੁਐਸਚਨ ਆ ਦੋਸਤੋ ਆਪਣਾ, ਵਿਚ ਆਫ ਦਾ ਫੋਲੋਇੰਗ ਪ੍ਰੋਬਲਮ ਇਜ਼ ਨੋਟ ਕ੍ਰੀਏਟਡ ਬਾਏ ਨੋਇਸ ਪੋਲਿਊਸ਼ਨ। ਦੋਸਤੋ ਨੋਇਸ ਪੋਲਿਊਸ਼ਨ ਹੁੰਦਾ ਜੀ ਧੁਨੀ ਪੋਲਿਊਸ਼ਨ। ਤਾਂ ਇਹਨਾਂ ਵਿੱਚੋਂ ਕਿਹੜੀ ਅਜਿਹੀ ਬਿਮਾਰੀ ਹੈ ਜਿਹੜੀ ਕਿ ਧੁਨੀ ਪ੍ਰਦੂਸ਼ਣ ਦੇ ਨਾਲ ਨਹੀਂ ਹੋ ਸਕਦੀ, ਠੀਕ ਹੈ ਜੀ। ਆਪਸ਼ਨ ਨੰਬਰ 1 ਹੈ ਜੀ ਡਾਇਰੀਆ, ਆਪਸ਼ਨ ਨੰਬਰ 2 ਹੈ ਜੀ ਹਾਈਪਰਟੈਂਸ਼ਨ, ਆਪਸ਼ਨ ਨੰਬਰ 3 ਹੈ ਜੀ ਡੀਫਨੈਸ, ਤੇ ਆਪਸ਼ਨ ਨੰਬਰ 4 ਹੈ ਜੀ ਇਰੀਟੇਸ਼ਨ। ਤਾਂ ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ, ਹਾਈਪਰਟੈਂਸ਼ਨ, ਡੀਫਨੈਸ ਤੇ ਇਰੀਟੇਸ਼ਨ ਜਿਹੜੀ ਕਿ ਸਾਨੂੰ ਬਿਮਾਰੀ ਹੈ ਉਹ ਬਿਲਕੁਲ ਧੁਨੀ ਪ੍ਰਦੂਸ਼ਣ ਨਾਲ ਹੁੰਦੀ ਹੈ ਜੀ। ਪਰੰਤੂ ਜੇ ਆਪਸ਼ਨ ਨੰਬਰ 1 ਦੇ ਵਿੱਚ ਜੋ ਡਾਇਰੀਆ ਲਿਖਿਆ ਹੋਇਆ, ਮੀਨਸ ਦਸਤ ਨੇ ਜਿਹੜੇ ਸਾਨੂੰ ਇਹ ਧੁਨੀ ਪ੍ਰਦੂਸ਼ਣ ਦੇ ਨਾਲ ਨਹੀਂ ਹੁੰਦੇ ਜੀ, ਠੀਕ ਹੈ ਜੀ। ਤਾਂ ਸਾਡਾ ਜਿਹੜਾ ਰਾਈਟ ਆਂਸਰ ਬਣੇਗਾ ਆਪਸ਼ਨ ਨੰਬਰ 1 ਬਣੇਗਾ ਜੀ। ਨੈਕਸਟ ਹੈ ਜੀ, ਦਾ ਐਕਸਪੈਂਡਡ ਫਾਰਮ ਆਫ GIS। ਤਾਂ ਦੋਸਤੋ GIS ਦੀ ਜਿਹੜੀ ਐਕਸਪੈਂਡਡ ਫਾਰਮ ਹੁੰਦੀ ਹੈ, ਜੀਓਗ੍ਰਾਫਿਕਲ ਇਨਫੋਰਮੇਸ਼ਨ ਸਿਸਟਮ ਹੁੰਦੀ ਹੈ ਜੀ, ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 1 ਆ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੁੰਦਾ ਹੈ। ਦੋਸਤੋ ਜਿਹੜੀਆਂ ਫੁੱਲ ਫਾਰਮਸ ਨੇ ਜੀ, ਉਹ ਤਾਂ ਸਾਨੂੰ ਬਿਲਕੁਲ ਯਾਦ ਹੀ ਕਰਨੀਆਂ ਪੈਣੀਆਂ, ਕਿਉਂਕਿ ਫੁੱਲ ਫਾਰਮਾਂ ਦੀ ਜਿਹੜੀ ਕੋਈ ਸ਼ਾਰਟ ਫਾਰਮ ਨਹੀਂ ਬਣ ਸਕਦੀ ਜੀ। ਤਾਂ ਬਿਲਕੁਲ ਸਾਨੂੰ ਇਹ ਤਾਂ ਯਾਦ ਹੀ ਕਰਨੀਆਂ ਪੈਣੀਆਂ ਨੇ, ਠੀਕ ਹੈ ਜੀ। ਨੈਕਸਟ ਹੈ ਜੀ, MOEF ਮੀਨਸ। ਤਾਂ ਦੋਸਤੋ ਇਸ ਕੁਐਸਚਨ ਦੇ ਵਿੱਚ ਵੀ ਅਸੀਂ MOEF ਦਾ ਜਿਹੜਾ ਪੂਰਾ ਰੂਪ ਦੱਸਣਾ ਜੀ। MOEF ਦਾ ਦੋਸਤੋ ਜਿਹੜਾ ਪੂਰਾ ਰੂਪ ਹੈ ਉਹ ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟ ਹੈ ਜੀ। ਤੇ ਪ੍ਰੈਜੈਂਟ ਦੇ ਵਿੱਚ ਦੋਸਤੋ ਜਿਹੜੇ ਆਪਣੇ ਇਨਵਾਇਰਮੈਂਟ ਮਿਨਿਸਟਰ ਨੇ ਉਹ ਪ੍ਰਕਾਸ਼ ਜਾਵੜੇਕਰ ਨੇ ਜੀ, ਠੀਕ। ਨੈਕਸਟ ਹੈ ਜੀ, ਵੀ ਸ਼ੁੱਡ ਨਾਟ ਕੱਟ ਟ੍ਰੀਜ਼ ਐਂਡ ਇਨ ਆਰਡਰ ਟੂ ਪ੍ਰੀਵੈਂਟ ਦਿਸ ਦਾ ਚਿਪਕੋ ਮੂਵਮੈਂਟ ਵਾਸ ਸਟਾਰਟਡ ਬਾਏ। ਤਾਂ ਦੋਸਤੋ ਚਿਪਕੋ ਮੂਵਮੈਂਟ ਹੈ ਜਿਹੜੀ ਸੁੰਦਰ ਲਾਲ ਬਹੁਗੁਣ ਦੁਆਰਾ ਸਟਾਰਟ ਕੀਤੀ ਗਈ ਸੀਗੀ 1973 ਦੇ ਵਿੱਚ ਹੀ। ਉੱਤਰਾਖੰਡ ਦੇ ਵਿੱਚ ਹੈ ਜਿਹੜੀ ਇਹ ਚਿਪਕੋ ਮੂਵਮੈਂਟ ਆ ਉਹ ਸਟਾਰਟ ਕੀਤੀ ਗਈ ਸੀ। ਦੋਸਤੋ ਚਿਪਕੋ ਮੂਵਮੈਂਟ ਕੀ ਸੀ ਜੀ? ਲੋਕਾਂ ਨੇ ਦਰੱਖਤਾਂ ਨੂੰ ਬਚਾਉਣ ਲਈ ਉਹਨਾਂ ਨੂੰ ਹਗਿੰਗ ਕਰਨੀ ਸੀ, ਮੀਨਸ ਦਰੱਖਤਾਂ ਨੂੰ ਕੱਟਣ ਨਹੀਂ ਸੀ ਦਿੱਤਾ ਜੀ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਜਿਹੜੇ ਇਹਦੇ ਹੈੱਡ ਸੀਗੇ ਜੀ ਉਹ ਸੁੰਦਰ ਲਾਲ ਬਹੁਗੁਣਾ ਸੀਗੇ ਜੀ, ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 3 ਹੈ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਬਣੇਗਾ ਜੀ। ਨੈਕਸਟ ਕੁਐਸਚਨ ਆ ਦੋਸਤੋ ਆਪਣਾ, ਤੰਬਾਕੂ ਅਡਿਕਸ਼ਨ ਇਜ਼ ਕੌਸਡ ਡਿਊ ਟੂ। ਤਾਂ ਦੋਸਤੋ ਤੰਬਾਕੂ ਹੁੰਦਾ ਜਿਹੜਾ ਕਿ ਅੱਜ ਕੱਲ੍ਹ ਲੋਕ ਬਹੁਤ ਤੰਬਾਕੂ ਦੀ ਵਰਤੋਂ ਕਰਦੇ ਨੇ, ਇਸ ਦੇ ਵਿੱਚ ਕੀ ਹੁੰਦਾ? ਤਾਂ ਇਸ ਦੇ ਵਿੱਚ ਨਿਕੋਟੀਨ ਪਾਇਆ ਜਾਂਦਾ ਜੀ, ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 3 ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਨੈਕਸਟ ਹੈ ਜੀ, ਕੈਰੀਅਰ ਆਫ ਡੇਂਗੂ ਡਿਜ਼ੀਜ਼ ਇਜ਼। ਤਾਂ ਦੋਸਤੋ ਜਿਹੜਾ ਮੱਛਰ ਹੈ ਜੀ ਡੇਂਗੂ ਡਿਜ਼ੀਜ਼ ਦਾ ਕੈਰੀਅਰ ਹੈ ਉਹ ਐਡਿਸ ਮੱਛਰ ਹੈ ਜੀ। ਮੀਨਸ ਆਪਸ਼ਨ ਨੰਬਰ 1 ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਤੇ ਇਸ ਤੋਂ ਇਲਾਵਾ ਦੋਸਤੋ ਆਪਸ਼ਨ ਨੰਬਰ
ਤਾਂ ਦੋਸਤੋ ਤੁਹਾਡੇ ਜਿਹੜੇ ਸਟੂਡੈਂਟ ਨੇ ਉਹ ਤੁਹਾਨੂੰ ਕਹਿ ਰਹੇ ਨੇ ਕਿ ਉਹਨਾਂ ਨੂੰ ਉਸ ਜਗ੍ਹਾ 'ਤੇ ਲੈ ਕੇ ਜਾਓ ਜਿੱਥੇ ਕਿ ਟਾਈਗਰ ਸਭ ਤੋਂ ਵੱਧ ਨੇ, ਤਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਜੀ ਮੱਧ ਪ੍ਰਦੇਸ਼ ਦੇ ਵਿੱਚ ਟਾਈਗਰ ਸਭ ਤੋਂ ਵੱਧ ਨੇ ਜੀ, ਮੀਨਸ ਆਪਸ਼ਨ ਨੰਬਰ 3 ਹੈ ਜਿਹੜਾ ਸਾਡਾ ਬਿਲਕੁਲ ਕਰੈਕਟ ਆਂਸਰ ਬਣੇਗਾ ਜੀ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਹੈਜ਼ ਮੈਕਸੀਮਮ ਸਪੀਡ। ਤਾਂ ਦੋਸਤੋ ਜਿਹੜੀ ਸਭ ਤੋਂ ਵੱਧ ਸਪੀਡ ਹੈ ਜੀ ਉਹ ਲਾਈਟ ਦੀ ਹੈ ਜੀ, ਠੀਕ ਹੈ ਜੀ, ਮੀਨਸ ਆਪਸ਼ਨ ਨੰਬਰ 4 ਹੈ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਨੈਕਸਟ ਕੁਐਸਚਨ ਹੈ ਜੀ, ਯੂ ਟੈਲ ਯੂਅਰ ਸਟੂਡੈਂਟਸ ਦੈਟ ਕੁਕਿੰਗ ਗੈਸ ਯੂਜ਼ਡ ਇਨ ਦਾ ਕਿਚਨਸ ਇਨ CNG ਵਟ ਇਜ਼ ਦਾ ਫੁੱਲ ਫੋਰਮ ਆਫ CNG। ਤਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਇਸ ਪੇਪਰ ਦੇ ਵਿੱਚ ਲਗਭਗ 2 ਤੋਂ 3 ਨੇ ਜਿਹੜੀਆਂ ਫੁੱਲ ਫੋਰਮਾਂ ਪੁੱਛੀ ਗਈਆਂ ਨੇ, ਤਾਂ ਫੁੱਲ ਫੋਰਮਾਂ ਨੇ ਜਿਹੜੀਆਂ ਕਾਫੀ ਮਾਇਨੇ ਰੱਖਦੀਆਂ ਨੇ, ਫੁੱਲ ਫੋਰਮਾਂ ਦੇ ਵਿੱਚ ਵੀ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ ਜੀ, ਠੀਕ ਹੈ ਜੀ। ਤਾਂ ਇੱਥੇ ਸਭ ਤੋਂ CNG ਜਿਹੜੀ ਫੁੱਲ ਫੋਰਮ ਪੁੱਛੀ ਗਈ ਹੈ ਉਸਦਾ ਪੂਰਾ ਰੂਪ ਹੁੰਦਾ ਜੀ ਕੰਪਰੈਸਡ ਨੈਚੁਰਲ ਗੈਸ ਹੀ, ਮੀਨਸ ਆਪਸ਼ਨ ਨੰਬਰ 3 ਹੈ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਨੈਕਸਟ ਹੈ ਜੀ, ਦਾ ਪ੍ਰੋਸੈਸ ਆਫ ਸੋਲਿਡ ਚੇਂਜਿੰਗ ਇਨਟੂ ਲਿਕੁਇਡ ਅਪਾਉਨ ਦਾ ਸਪਲਾਈ ਆਫ ਹੀਟ ਇਜ਼ ਕਾਲਡ। ਤਾਂ ਦੋਸਤੋ ਇੱਕ ਅਜਿਹੀ ਚੀਜ਼ ਜਿਹੜੀ ਕਿ ਠੋਸ ਹੋਵੇ ਤੇ ਉੱਤੇ ਜਦੋਂ ਤਾਪਮਾਨ ਵਧਾਇਆ ਜਾਂਦਾ ਤਾਂ ਉਹ ਕੀ ਹੋਣ ਲੱਗ ਜਾਂਦੀ ਹੈ ਜੀ, ਤਾਂ ਉਹ ਮੈਲਟਿੰਗ ਹੋਣ ਲੱਗ ਜਾਂਦੀ ਹੈ ਜੀ, ਠੀਕ ਹੈ ਜੀ, ਮੀਨਸ ਪਿਘਲਣ ਲੱਗ ਜਾਂਦੀ ਹੈ, ਮੀਨਸ ਆਪਸ਼ਨ ਨੰਬਰ 3 ਹੈ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਨੈਕਸਟ ਹੈ ਜੀ, ਇਲਾਵਾ ਦੋਸਤੋ ਕੰਡੈਂਸੇਸ਼ਨ ਲਿਖਿਆ ਆਪਸ਼ਨ ਨੰਬਰ 1 ਦੇ ਵਿੱਚ ਜੀ, ਕੰਡੈਂਸੇਸ਼ਨ ਹੁੰਦਾ ਕਿ ਜੇਕਰ ਕੋਈ ਸਤਹ ਠੰਡੀ ਹੋਵੇ ਤੇ ਉੱਤੇ ਜਿਹੜੀਆਂ ਗਰਮ ਪਾਣੀ ਦੀਆਂ ਬੂੰਦਾਂ ਆ ਕੇ ਪੈ ਜਾਣ ਤਾਂ ਉਸਨੂੰ ਅਸੀਂ ਕੰਡੈਂਸੇਸ਼ਨ ਬੋਲਦੇ ਹਾਂ ਜੀ, ਠੀਕ ਹੈ ਜੀ। ਤੇ ਇਵੈਪੋਰੇਸ਼ਨ ਜਿਵੇਂ ਕਿ ਅਸੀਂ ਜਾਣਦੇ ਹਾਂ ਦੋਸਤੋ, ਜੇਕਰ ਪਾਣੀ ਦਾ ਅਸੀਂ ਤਾਪਮਾਨ ਵਧਾਉਂਦੇ ਹਾਂ ਤਾਂ ਪਾਣੀ ਜਿਹੜਾ ਇਵੈਪੋਰੇਟ ਹੋ ਜਾਂਦਾ, ਮੀਨਸ ਉੱਡਣ ਲੱਗ ਜਾਂਦਾ ਜੀ। ਬੋਇਲਿੰਗ ਤੁਹਾਨੂੰ ਪਤਾ ਹੀ ਹੈ ਜੀ, ਜੇਕਰ ਅਸੀਂ ਪਾਣੀ ਨੂੰ ਜ਼ਿਆਦਾ ਗਰਮ ਕਰਦੇ ਹਾਂ ਤਾਂ ਉਹ ਬੋਇਲਿੰਗ ਹੋਣ ਲੱਗ ਜਾਂਦਾ, ਮੀਨਸ ਉੱਬਣ ਲੱਗ ਜਾਂਦਾ ਜੀ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਇਨ ਵਿੱਚ ਵਨ ਆਫ ਦਾ ਫੋਲੋਇੰਗ ਸਾਊਂਡ ਟਰੈਵਲ ਫਾਸਟ। ਤਾਂ ਦੋਸਤੋ ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀ ਸਾਊਂਡ ਹੈ ਸਭ ਤੋਂ ਵੱਧ ਕਿਸੇ ਵਿੱਚ ਟਰੈਵਲ ਕਰੇਗੀ ਜੀ? ਸਾਊਂਡ ਦੀ ਦੋਸਤੋ ਇਹ ਗੱਲ ਹੈ, ਜਿੰਨਾ ਕਿ ਮੀਡੀਅਮ ਡੈਂਸ ਹੋਊਗਾ, ਜਿੰਨੀ ਚੀਜ਼ ਡੈਂਸ ਹੋਊਗੀ ਉਸਦੀ ਜਿਹੜੀ ਸਾਊਂਡ ਹੈ ਉਹ ਵੱਧ ਟਰੈਵਲ ਕਰੇਗੀ ਜੀ। ਤਾਂ ਇਹਦੇ ਵਿੱਚ ਜਿਹੜਾ ਸਭ ਤੋਂ ਡੈਂਸ ਹੈ ਦੋਸਤੋ ਸੋਲਿਡ ਹੈ ਜੀ, ਮੀਨਸ ਆਪਸ਼ਨ ਨੰਬਰ 1 ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਸੋਲਿਡ ਤੋਂ ਬਾਅਦ ਦੋਸਤੋ ਵਾਟਰ ਆ ਜਾਂਦਾ ਹੈ, ਕਿਉਂਕਿ ਸੋਲਿਡ ਤੋਂ ਬਾਅਦ ਵਾਟਰ ਥੋੜ੍ਹਾ ਡੈਂਸ ਹੁੰਦਾ, ਇਸਦੇ ਜਿਹੜੇ ਪਾਰਟੀਕੂਲਰ ਨੇ ਉਹ ਨਾਲ ਨਾਲ ਟੱਚ ਹੁੰਦੇ ਨੇ ਜੀ। ਉਸ ਤੋਂ ਬਾਅਦ ਏਅਰ ਆ ਜਾਏਗਾ ਦੋਸਤੋ, ਏਅਰ ਤੋਂ ਬਾਅਦ ਜਿਹੜਾ ਵੈਕਿਊਮ ਆ ਜਾਏਗਾ ਜੀ, ਠੀਕ ਹੈ ਜੀ, ਮੀਨਸ ਜੇਕਰ ਅਸੀਂ ਇਸਨੂੰ ਸੀਕੁਐਂਸ ਦੇ ਵਿੱਚ ਲਾਉਣਾ ਹੋਵੇ, ਸਭ ਤੋਂ ਪਹਿਲਾਂ ਸੋਲਿਡ ਕੀ, ਉਸ ਤੋਂ ਬਾਅਦ ਵਾਟਰ, ਫਿਰ ਏਅਰ ਤੇ ਫਿਰ ਵੈਕਿਊਮ ਜੀ, ਠੀਕ ਹੈ ਜੀ। ਪਰੰਤੂ ਇਸ ਦੇ ਵਿੱਚ ਸਭ ਤੋਂ ਸਿਰਫ ਇੱਕ ਪੁੱਛਿਆ ਗਿਆ ਤਾਂ ਸੋਲਿਡ, ਮੀਨਸ ਆਪਸ਼ਨ ਨੰਬਰ 1 ਹੈ ਜਿਹੜਾ ਬਿਲਕੁਲ ਰਾਈਟ ਆਂਸਰ ਬਣੇਗਾ ਜੀ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਵਟ ਟਾਈਪ ਆਫ ਰੇਡੀਏਸ਼ਨ ਇਜ਼ ਟ੍ਰੈਪਡ ਔਨ ਦਾ ਅਰਥ ਸਰਫੇਸ ਬਾਏ ਦਾ ਗ੍ਰੀਨ ਹਾਊਸ ਇਫੈਕਟ। ਤਾਂ ਦੋਸਤੋ ਸੂਰਜ ਤੋਂ ਆਉਣ ਵਾਲੀ ਕਿਸ ਪ੍ਰਕਾਰ ਦੀਆਂ ਕਿਰਨਾਂ ਨੇ ਜਿਹੜੀਆਂ ਸਾਡੀ ਧਰਤੀ ਨੂੰ ਇਫੈਕਟ ਕਰ ਰਹੀਆਂ ਨੇ, ਮੀਨਸ ਜਿਹਦੇ ਕਰਕੇ ਗ੍ਰੀਨ ਹਾਊਸ ਇਫੈਕਟ ਆ ਜਿਹੜਾ ਵੱਧ ਰਿਹਾ ਹੈ? ਤਾਂ ਉਹ ਅਲਟਰਾ ਵਾਇਲਟ ਕਿਰਨਾਂ ਨੇ ਜੀ, ਠੀਕ ਹੈ ਜੀ, ਮੀਨਸ ਆਪਸ਼ਨ ਨੰਬਰ 1 ਆ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਤੇ ਗਾਮਾ ਰੇਜ਼ ਦੋਸਤੋ, ਇਹ ਵੀ 3 ਤਰ੍ਹਾਂ ਦੀਆਂ ਰੇਜ਼ ਹੁੰਦੀਆਂ ਨੇ ਜੀ, ਅਲਫਾ, ਬੀਟਾ ਤੇ ਗਾਮਾ ਜੀ, ਠੀਕ ਹੈ ਜੀ। ਤੇ ਐਕਸ ਰੇਜ਼ ਹੁੰਦੀਆਂ ਨੇ ਜਿਵੇਂ ਕਿ ਅਸੀਂ ਜਾਣਦੇ ਜਿਹੜੇ ਡਾਕਟਰ ਵਗੈਰਾ ਜਿਹਦੀ ਯੂਜ਼ਿੰਗ ਕਰਦੇ ਨੇ ਜੀ। ਤੇ ਆਪਸ਼ਨ ਨੰਬਰ 4 ਦੇ ਵਿੱਚ ਉਹ IR ਰੇਜ਼ ਲਿਖਿਆ ਹੋਇਆ, ਜਿਹਦਾ ਪੂਰਨ ਨੂੰ ਇਨਫਾਰੈਡ ਰੇਜ਼ ਹੁੰਦਾ ਹੈ। ਇਹ ਦੋਸਤੋ ਇਹ ਰੇਜ਼ ਹੁੰਦੀਆਂ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਰਿਮੋਟ ਵਗੈਰਾ ਚਲਾਉਣ ਲਈ ਕਰਦੇ ਹਾਂ ਜੀ, ਠੀਕ ਹੈ ਜੀ। ਨੈਕਸਟ ਹੈ ਜੀ, ਦਾ ਸਾਇੰਸ ਦੈਟ ਡੀਲਸ ਵਿਦ ਦਾ ਰਿਲੇਸ਼ਨਸ਼ਿਪ ਆਫ ਵੇਰੀਅਸ ਆਰਗਨਿਜ਼ਮਸ ਵਿਦ ਦੇਅਰ ਇਨਵਾਇਰਮੈਂਟ ਇਜ਼ ਨੋਨ ਐਜ਼। ਤਾਂ ਦੋਸਤੋ ਉਹ ਕਿਹੜੀ ਸਟੱਡੀ ਹੈ ਜਿਹੜੀ ਕਿ ਮਨੁੱਖ ਦੇ ਜਿਹੜੇ ਮਨੁੱਖ ਤੋਂ ਨਹੀਂ, ਮੀਨਸ ਹੋਰ ਵੀ ਜਿਹੜੇ ਆਰਗਨਿਜ਼ਮ ਇੱਕ ਦੂਜੇ ਨਾਲ ਕਿਵੇਂ ਸੰਬੰਧ ਰੱਖਦੇ ਨੇ ਜੀ, ਉਹਨਾਂ ਸਾਰਿਆਂ ਦੀ ਜਿਹੜੀ ਸਟੱਡੀ ਹੈ ਉਹ ਇਕੋਲੋਜੀ ਹੁੰਦੀ ਹੈ ਜੀ, ਮੀਨਸ ਆਪਸ਼ਨ ਨੰਬਰ 3 ਹੈ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਾਇੰਸ ਇੱਕ ਅਜਿਹਾ ਟੋਪਿਕ ਹੈ ਜਿਹਦੇ ਵਿੱਚ ਹਰੇਕ ਚੀਜ਼ ਦੀ ਕੋਈ ਨਾ ਕੋਈ ਸਟੱਡੀ ਹੁੰਦੀ ਹੈ ਜੀ, ਹਰੇਕ ਆਪਣਾ ਆਪਣਾ ਟੋਪਿਕ ਹੁੰਦਾ ਜਿਹਦੇ ਵਿੱਚ ਉਸਦੀ ਸਟੱਡੀ ਹੁੰਦੀ ਹੈ ਅਤੇ ਉਸਦੀ ਸਟੱਡੀ ਨੂੰ ਇੱਕ ਨਾਮ ਦਿੱਤਾ ਜਾਂਦਾ, ਜਿਵੇਂ ਆਪਸ਼ਨ ਨੰਬਰ 1 ਦੇ ਵਿੱਚ ਐਂਥਰੋਪੋਲੋਜੀ ਲਿਖਿਆ ਹੋਇਆ, ਐਂਥਰੋਪੋਲੋਜੀ ਹੁੰਦਾ ਦੋਸਤੋ ਹਿਊਮਨ ਦੇ ਬਿਹੇਵੀਅਰ ਦੀ ਸਟੱਡੀ, ਠੀਕ ਹੈ ਜੀ, ਪਾਸਟ 'ਚ ਉਹਦਾ ਬਿਹੇਵੀਅਰ ਕਿੱਦਾਂ ਦਾ ਸੀ, ਪ੍ਰੈਜੈਂਟ 'ਚ ਕਿੱਦਾਂ ਅਤੇ ਫਿਊਚਰ 'ਚ ਕਿੱਦਾਂ ਦਾ ਹੋ ਸਕਦਾ, ਉਹ ਸਾਰਾ ਐਂਥਰੋਪੋਲੋਜੀ ਦੇ ਵਿੱਚ ਦੇਖਿਆ ਜਾਂਦਾ। ਇਕਨੋਮਿਕਸ ਹੁੰਦਾ ਦੋਸਤੋ ਮਨੀ ਅਤੇ ਬਿਜ਼ਨਸ ਦੀ ਸਟੱਡੀ, ਠੀਕ ਹੈ ਜੀ, ਇਕਨੋਮਿਕਸ ਇੱਕ ਸਬਜੈਕਟ ਹੈ ਜੀ ਜਿਹਦੇ ਫਾਦਰ ਐਡਮ ਸਮਿਥ ਸੀਗੇ ਜੀ, ਠੀਕ ਹੈ ਜੀ। ਅਤੇ ਜੀਓਲੋਜੀ ਹੁੰਦੀ ਹੈ ਦੋਸਤੋ ਸਾਡੀ ਅਰਥ ਦੀ ਸਟੱਡੀ, ਅਤੇ ਸਾਡੀ ਅਰਥ ਪਹਿਲਾਂ ਕਿੱਦਾਂ ਦੀ ਸੀ ਅਤੇ ਹੁਣ ਉਹਦੀ ਸ਼ੇਪ ਕਿੱਦਾਂ ਦੀ ਹੈ ਅਤੇ ਫਿਊਚਰ ਦੇ ਵਿੱਚ ਕਿੱਦਾਂ ਦੀ ਹੋ ਸਕਦੀ ਹੈ ਜੀ। ਅਤੇ ਇਸ ਤੋਂ ਇਲਾਵਾ ਦੋਸਤੋ ਸਕਿਨ ਦੀ ਸਟੱਡੀ ਹੁੰਦੀ ਹੈ ਜਿਹਨੂੰ ਅਸੀਂ ਡਿਟਰਮੋਲੋਜੀ ਬੋਲਦੇ ਹਾਂ, ਅਤੇ ਦੰਦਾਂ ਦੀ ਸਟੱਡੀ ਹੁੰਦੀ ਹੈ ਜਿਹਨੂੰ ਅਸੀਂ ਓਡੈਂਟੋਲੋਜੀ ਬੋਲਦੇ ਹਾਂ, ਅਤੇ ਸਨੇਕਸ ਦੀ ਸਟੱਡੀ ਹੁੰਦੀ ਹੈ ਆਫਡੀਓਲੋਜੀ ਬੋਲਦੇ ਹਾਂ ਜਿਹਨੂੰ ਅਸੀਂ। ਅਤੇ ਇਸ ਤੋਂ ਇਲਾਵਾ ਜਿਹੜਾ ਸਾਡੇ ਸਰੀਰ ਦੇ ਵਿੱਚ ਦੋਸਤੋ ਸੈੱਲ ਹੁੰਦਾ ਜਿਸ ਦੀ ਖੋਜ ਹੈ ਜਿਹੜੀ ਰੋਬਰਟ ਹੁੱਕ ਨੇ ਕੀਤੀ ਸੀ, ਉਹਦੀ ਸਟੱਡੀ ਨੂੰ ਅਸੀਂ ਕਾਈਟੋਲੋਜੀ ਬੋਲਦੇ ਹਾਂ ਜੀ, ਠੀਕ ਹੈ ਜੀ। ਮੀਨਸ ਦੋਸਤੋ ਹਰੇਕ ਸਾਇੰਸ ਦੇ ਵਿੱਚ ਜਿੰਨੀਆਂ ਵੀ ਬ੍ਰਾਂਚਿਸ ਨੇ ਸਾਰਿਆਂ ਦੀ ਆਪਣੀ ਆਪਣੀ ਇੱਕ ਸਟੱਡੀ ਹੁੰਦੀ ਹੈ ਜੀ, ਮੈਂ ਤੁਹਾਨੂੰ ਅਲੱਗ ਵੀਡੀਓ ਦੇ ਵਿੱਚ ਪ੍ਰੋਵਾਈਡ ਕਰੂੰਗਾ ਜੀ, ਜਿਹੜੀਆਂ ਸਾਰੀਆਂ ਸਟੱਡੀਆਂ ਨੇ, ਲਗਭਗ ਆਪਣੇ 20 ਤੋਂ 25 ਨੇ ਜਿਹੜੀਆਂ ਇੰਪੋਰਟੈਂਟ ਸਟੱਡੀਆਂ ਨੇ, ਉਹ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਕਵਰ ਕਰ ਦਾਂਗਾ ਜੀ, ਠੀਕ ਹੈ ਜੀ। ਨੈਕਸਟ ਹੈ ਜੀ, ਵਰਲਡ ਇਨਵਾਇਰਮੈਂਟਲ ਡੇ ਇਜ਼ ਸੈਲੀਬ੍ਰੇਟਡ ਐਵਰੀ ਈਅਰ ਔਨ। ਤਾਂ ਦੋਸਤੋ ਇਨਵਾਇਰਮੈਂਟ ਡੇ ਹੈ ਜੀ ਜਿਹੜਾ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਜੀ, ਆਪਸ਼ਨ ਨੰਬਰ 2 ਹੈ ਜੀ ਜਿਹੜਾ ਸਾਡਾ ਬਿਲਕੁਲ ਰਾਈਟ ਆਂਸਰ ਹੋਵੇਗਾ ਜੀ। ਨੈਕਸਟ
ਧਰਤੀ ਦੇ ਉੱਪਰ ਦੋਸਤੋ ਆਪਣੇ 5 ਲੇਅਰਾਂ ਨੇ ਜੀ। ਸਭ ਤੋਂ ਪਹਿਲਾਂ ਟ੍ਰੋਪੋਸਫੀਅਰ ਆਉਂਦੀ ਹੈ ਜੀ, ਉਸ ਤੋਂ ਬਾਅਦ ਸਟ੍ਰੈਟੋਸਫੀਅਰ ਆਉਂਦੀ ਹੈ ਦੂਜੀ ਲੇਅਰ, ਤੇ ਤੀਜੇ ਨੰਬਰ ਤੇ ਮੀਜੋਸਫੀਅਰ ਆਉਂਦੀ ਹੈ ਜਿਹੜੀ ਕਿ ਸਭ ਤੋਂ ਠੰਡੀ ਲੇਅਰ ਹੈ ਜੀ, ਤੇ ਉਸ ਤੋਂ ਬਾਅਦ ਉਸ ਤੋਂ ਥਰਮੋਸਫੀਅਰ ਆਉਂਦੀ ਹੈ ਜਿਹੜੀ ਕਿ ਸਭ ਤੋਂ ਗਰਮ ਹੈ ਜੀ, ਤੇ ਜਿਹੜੀ ਸਭ ਤੋਂ ਲਾਸਟ ਆਉਂਦੀ ਹੈ ਜੀ ਉਸ ਨੂੰ ਅਸੀਂ ਐਗਜ਼ੋਸਫੀਅਰ ਦਾ ਨਾਮ ਦਿੰਦੇ ਹਾਂ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਦੋਸਤੋ ਇਹ ਜਿਹੜੀਆਂ ਲੇਅਰਾਂ ਨੇ ਇਸ ਤੇ ਵੀ ਮੈਂ ਇੱਕ ਅਲੱਗ ਵੀਡੀਓ ਬਣਾਊਂਗਾ ਜੀ, ਕਿਉਂਕਿ ਇਸ ਦੇ ਵਿੱਚ ਕਾਫੀ ਜਿਹੜੇ ਕੁਐਸਚਨ ਮੈਂ ਤੁਹਾਨੂੰ ਕਰਵਾਉਣੇ ਨੇ ਜੀ, ਤੇ ਇਸ ਦੇ ਵਿੱਚੋਂ ਹਰ ਸਾਲ ਲਗਭਗ 1 ਤੋਂ 2 ਕੁਐਸਚਨ ਜ਼ਰੂਰ ਆਉਂਦਾ ਜੀ, ਠੀਕ ਹੈ ਜੀ। ਚੱਲਦੇ ਆਪਣੇ ਨੈਕਸਟ ਕੁਐਸਚਨ ਵੱਲ ਜੀ। ਹਾਂਜੀ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਏ ਬਾਇਓਟਿਕ ਕੰਪੋਨੈਂਟ ਆਫ ਐਨ ਇਕੋ। ਤਾਂ ਦੋਸਤੋ ਇਸ ਕੁਐਸਚਨ ਦੇ ਵਿੱਚ ਸਭ ਤੋਂ ਪੁੱਛਿਆ ਗਿਆ ਕਿ ਬਾਇਓਟਿਕ ਕੰਪੋਨੈਂਟ ਕਿਹੜਾ ਹੈ ਜੀ। ਤਾਂ ਦੋਸਤੋ ਬਾਇਓਟਿਕ ਤੇ ਅਬਾਇਓਟਿਕ ਦੋ ਤਰ੍ਹਾਂ ਦੇ ਕੰਪੋਨੈਂਟ ਹੁੰਦੇ ਨੇ ਜੀ। ਬਾਇਓਟਿਕ ਕੰਪੋਨੈਂਟ ਉਹ ਕੰਪੋਨੈਂਟ ਹੁੰਦੇ ਨੇ ਜਿਹੜੇ ਕਿ ਲਿਵਿੰਗ ਹੁੰਦੇ ਨੇ ਜੀ, ਤੇ ਅਬਾਇਓਟਿਕ ਕੰਪੋਨੈਂਟ ਉਹ ਹੁੰਦੇ ਨੇ ਜਿਹੜੇ ਕਿ ਲਿਵਿੰਗ ਨਹੀਂ ਹੁੰਦੇ ਜੀ, ਠੀਕ ਹੈ ਜੀ। ਤਾਂ ਇਸ ਆਪਸ਼ਨਾਂ ਦੇ ਵਿੱਚ ਅਸੀਂ ਬਿਲਕੁਲ ਦੇਖ ਸਕਦੇ ਹਾਂ, ਜਿਵੇਂ ਕਿ ਅਸੀਂ ਜਾਣਦੇ ਹਾਂ ਫੰਗੀ ਜਿਹੜੀ ਬਿਲਕੁਲ ਬਾਇਓਟਿਕ ਕੰਪੋਨੈਂਟ ਹੈ ਜੀ, ਤਾਂ ਸਾਡਾ ਜਿਹੜਾ ਆਨਸਰ ਹੋਵੇਗਾ ਆਪਸ਼ਨ ਨੰਬਰ 1 ਹੋਵੇਗਾ ਜੀ। ਨੈਕਸਟ ਹੈ ਜੀ, ਦਾ ਨੈਚੁਰਲ ਡਿਜ਼ਾਸਟਰਸ ਇਵੈਂਟ ਲਾਈਕ ਵੋਲਕੈਨੋਜ਼, ਅਰਥਕੁਇਕ, ਸਾਈਕਲੋਨਸ ਬ੍ਰਿੰਗ ਆਊਟ ਇਨਵਾਇਰਮੈਂਟਲ ਚੇਂਜਸ ਵਿਚ ਆਰ। ਤਾਂ ਦੋਸਤੋ ਜਿਹੜੇ ਅਰਥਕੁਇਕ ਹੁੰਦੇ ਨੇ, ਸਾਈਕਲੋਨ ਹੁੰਦੇ ਨੇ, ਵੋਲਕੈਨੋਜ਼ ਵਗੈਰਾ ਹੁੰਦੇ ਨੇ ਜਿਹੜੇ ਕਿ ਕਾਫੀ ਤਬਾਹੀ ਮਚਾਉਂਦੇ ਨੇ ਜਦੋਂ ਆਉਂਦੇ ਨੇ ਇਹ, ਤਾਂ ਦੋਸਤੋ ਜਿਹੜੀ ਇਹਨਾਂ ਦੁਆਰਾ ਤਬਾਹੀ ਮਚਾਈ ਜਾਂਦੀ ਹੈ ਉਹ ਕਿੱਦਾਂ ਦੀ ਹੁੰਦੀ ਹੈ ਜੀ? ਉਹ ਰਿਵਰਸਬਲ ਹੁੰਦੀ ਹੈ ਜਾਂ ਇਰਰਿਵਰਸਬਲ ਹੁੰਦੀ ਹੈ, ਮੀਨਸ ਜਿਹਨੂੰ ਅਸੀਂ ਰਿਪੇਅਰ ਨਹੀਂ ਕਰ ਸਕਦੇ, ਮੀਨਸ ਸੈੱਟ ਨਹੀਂ ਕਰ ਸਕਦੇ ਦੁਬਾਰੇ, ਜਾਂ ਫਿਰ ਅਸੀਂ ਉਹਨੂੰ ਸਹੀ ਕਰ ਸਕਦੇ ਹਾਂ ਜੀ? ਤਾਂ ਦੋਸਤੋ ਇਹ ਦੋਹੇ ਤਰ੍ਹਾਂ ਦੀ ਤਬਾਹੀ ਹੁੰਦੀ ਹੈ ਜੀ, ਮੀਨਸ ਜੇਕਰ ਕੋਈ ਸਾਈਕਲੋਨ ਅਰਥਕਵਿਕ ਜਾਂ ਵੋਲਕੈਨੋ ਹੁੰਦਾ, ਜੇਕਰ ਤਾਂ ਉਹ ਸਹੀ ਮਾਤਰਾ ਦੇ ਵਿੱਚ ਹੈ, ਮੀਨਸ ਜ਼ਿਆਦਾ ਖਤਰਨਾਕ ਨਹੀਂ ਹੈਗਾ, ਤਾਂ ਉਹ ਤਬਾਹੀ ਹੈ ਜਿਹੜੀ ਉਹ ਘੱਟ ਮਚਾਏਗਾ, ਜਿਹਨੂੰ ਕਿ ਅਸੀਂ ਰਿਵਰਸਬਲ ਕਰ ਸਕਦੇ ਹਾਂ, ਮੀਨਸ ਸਹੀ ਕਰ ਸਕਦੇ ਜੀ। ਪਰੰਤੂ ਕਈ ਵਾਰ ਦੋਸਤੋ ਇੱਦਾਂ ਹੁੰਦਾ ਹੈ ਕਿ ਬਹੁਤ ਸਾਰੀ ਤਬਾਹੀ ਇਹਨਾਂ ਦੇ ਨਾਲ ਹੁੰਦੀ ਹੈ ਜੀ, ਚੀਜ਼ਾਂ ਦੇ ਨਾਲ, ਕਿਉਂਕਿ ਇਹ ਤਬਾਹੀ ਇੱਦਾਂ ਦੀ ਹੁੰਦੀ ਹੈ ਜਿਹਨੂੰ ਅਸੀਂ ਰਿਪੇਅਰ ਨਹੀਂ ਕਰ ਸਕਦੇ ਜੀ, ਜਿਹਦੇ ਨਾਲ ਬਹੁਤ ਸਾਡਾ ਜਿਹੜਾ ਨੁਕਸਾਨ ਹੈ ਜੀ ਉਹ ਬਹੁਤ ਜ਼ਿਆਦਾ ਹੁੰਦਾ ਜੀ, ਠੀਕ ਹੈ ਜੀ। ਇਸ ਨਾਲ ਕਈ ਇਨਸਾਨ ਵੀ ਮਰਦੇ ਨੇ ਅਤੇ ਕਈ ਜਾਨਵਰ ਵੀ ਮਰਦੇ ਨੇ, ਅਤੇ ਜਿਹੜੀ ਸਾਡੀ ਪ੍ਰੋਪਰਟੀ ਵਗੈਰਾ ਉਸਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੀ, ਠੀਕ ਹੈ ਜੀ। ਤਾਂ ਇਸਦਾ ਜਿਹੜਾ ਆਂਸਰ ਬਣੇਗਾ ਆਪਸ਼ਨ ਨੰਬਰ 3 ਬਣੇਗਾ ਜੀ। ਨੈਕਸਟ ਕੁਐਸਚਨ ਹੈ ਜੀ, ਡਿਊਰਿੰਗ ਦਾ ਮੰਥ ਆਫ ਨਵੰਬਰ ਇਨ 2017 ਦੇਰ ਵਾਜ਼ ਸਮੋਗ ਇਨ ਇਨਵਾਇਰਮੈਂਟਲ, ਐਕਚੁਅਲੀ ਦਾ ਸਮੋਗ ਇਜ਼ ਕੰਬੀਨੇਸ਼ਨ ਆਫ। ਤਾਂ ਦੋਸਤੋ ਨਵੰਬਰ ਮਹੀਨੇ ਦੇ 2017 ਦੇ ਵਿੱਚ, ਨਵੰਬਰ ਮਹੀਨੇ ਦੇ ਵਿੱਚ ਬਹੁਤ ਤਰ੍ਹਾਂ ਦੀ ਧੁੰਦ ਛਾਈ ਸੀ ਜੀ, ਉਹ ਐਕਚੁਅਲੀ ਕੀ ਸੀ ਜੀ ਅਸੀਂ ਇਸ ਕੁਐਸਚਨ ਦੇ ਵਿੱਚ ਦੱਸਣਾ। ਤਾਂ ਦੋਸਤੋ ਸਮੋਕ ਐਂਡ ਫੋਗ ਸੀ ਜੀ, ਮੀਨਸ ਧੂੰਆਂ ਅਤੇ ਧੁੰਦ ਸੀਗੀ ਜੀ ਉਹ, ਅਤੇ ਉਹਨਾਂ ਦੋਨਾਂ ਦਾ ਕੰਬੀਨੇਸ਼ਨ ਮਿਲ ਕੇ ਉਹ ਜਿਹੜੀ ਕਾਫੀ ਧੁੰਦ ਫੈਲੀ ਸੀ ਜੀ, ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 3 ਸਾਡਾ ਬਿਲਕੁਲ ਰਾਈਟ ਆਂਸਰ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਡਿਕਰੀਜ਼ਡ ਸੋਇਲ ਫਰਟੈਲਿਟੀ ਥਰੂ ਰੈਪਿਡ ਲੀਚਿੰਗ ਆਫ ਅਸੈਂਸ਼ੀਅਲ ਮਿਨਰਲ ਨਿਊਟ੍ਰੈਂਟਸ ਇਜ਼ ਡਿਊ ਟੂ। ਤਾਂ ਦੋਸਤੋ ਜਿਹੜੀ ਸਾਡੀ ਧਰਤੀ ਦੇ ਵਿੱਚ ਜਿਹੜੇ ਮਿਨਰਲ ਖਤਮ ਹੋ ਰਹੇ ਨੇ, ਮੀਨਸ ਧਰਤੀ ਦੀ ਜਿਹੜੀ ਫਰਟੈਲਿਟੀ ਹੈ, ਮੀਨਸ ਇਸਦਾ ਜਿਹੜਾ ਉਪਜਾਊਪਣ ਉਹ ਘੱਟ ਰਿਹਾ, ਉਹ ਕਿਉਂ ਘੱਟ ਰਿਹਾ ਜੀ? ਤਾਂ ਜਿਹੜੇ ਜੰਗਲ ਨੇ ਦੋਸਤੋ ਬਹੁਤ ਜ਼ਿਆਦਾ ਕੱਟੇ ਜਾ ਰਹੇ ਨੇ, ਬਹੁਤ ਜ਼ਿਆਦਾ ਜੰਗਲਾਂ ਦੀ ਕਟਾਈ ਹੋਣ ਦੇ ਨਾਲ ਜਿਹੜੀ ਸਾਡੀ ਮਿੱਟੀ ਆ ਉਸਦਾ ਉਪਜਾਊਪਣ ਬਹੁਤ ਜ਼ਿਆਦਾ ਘੱਟ ਰਿਹਾ ਜੀ, ਠੀਕ ਹੈ ਜੀ। ਮੀਨਸ ਆਪਸ਼ਨ ਨੰਬਰ 2 ਆ ਜਿਹੜਾ ਡੀਫੋਰੈਸਟੇਸ਼ਨ, ਬਿਲਕੁਲ ਸਾਡਾ ਰਾਈਟ ਆਂਸਰ ਹੋਵੇਗਾ। ਇਸ ਦਾ ਆਂਸਰ ਦੋਸਤੋ ਓਵਰ ਐਕਸਪਲੋਨੇਸ਼ਨ ਵੀ ਹੋ ਸਕਦਾ ਸੀਗਾ ਜੀ, ਜਿਹੜਾ ਧਰਤੀ ਦਾ ਵਾਧੂ ਸ਼ੋਸ਼ਣ ਹੁੰਦਾ ਉਸ ਦੇ ਵਿੱਚ ਵੀ ਆ ਸਕਦਾ ਸੀ, ਪਰੰਤੂ ਜਿਹੜਾ ਪੀਐਸਟੈਟ ਜਿਹੜੀ ਆਂਸਰ ਕੀ ਆਫੀਸ਼ੀਅਲ ਆਂਸਰ ਕੀ ਆ ਉਸ ਦੇ ਵਿੱਚ ਆਂਸਰ ਆ ਜਿਹੜਾ ਉਹ ਡੀਫੋਰੈਸਟੇਸ਼ਨ ਦਿੱਤਾ ਗਿਆ, ਮੀਨਸ ਆਪਸ਼ਨ ਨੰਬਰ 2 ਦਿੱਤਾ ਗਿਆ ਜੀ, ਠੀਕ ਹੈ ਜੀ। ਤੇ ਇਸ ਦੇ ਨਾਲ ਦੋਸਤੋ ਅੱਜ ਦੇ ਆਪਣੇ ਜਿਹੜੇ ਕੁਐਸਚਨ ਨੇ 30 ਕੁਐਸਚਨ 2018 ਦੇ ਵਿੱਚ ਜਿਹੜਾ ਪੇਪਰ ਹੋਇਆ ਸੀਗਾ 25 ਫਰਵਰੀ ਨੂੰ, ਮੈਂ ਤੁਹਾਨੂੰ ਸਾਰੇ ਕੁਐਸਚਨ ਨੇ ਜਿਹੜੇ ਈਵੀਐਸ ਦੇ ਉਹ ਕੰਪਲੀਟ ਕਰਾ ਚੁੱਕਿਆ ਜੀ। ਆਈ ਹੋਪ ਦੋਸਤੋ ਤੁਹਾਨੂੰ ਇਹ ਲੈਕਚਰ ਆ ਜਿਹੜਾ ਪਸੰਦ ਆਇਆ ਹੋਵੇਗਾ, ਅਤੇ ਇਸ ਦੇ ਨਾਲ ਹੀ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਤਾਂ ਜੋ ਮੇਰੀ ਜਿਹੜੀ ਨੈਕਸਟ ਵੀਡੀਓ ਆ ਜਦੋਂ ਵੀ ਮੈਂ ਅਪਲੋਡ ਕਰਾਂ ਤਾਂ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਹੈ ਜਿਹੜਾ ਸਭ ਤੋਂ ਪਹਿਲਾਂ ਆ ਜਾਵੇ ਜੀ, ਠੀਕ ਹੈ ਜੀ। ਥੈਂਕ ਯੂ ਜੀ।